ਜਿਹੜਾ ਜ਼ੁਬਾਨੀ ਹਾਰ ਜਾਂਦਾ ਨਾ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦਾ। ਇਸ ਕਰਕੇ ਫਰੀਦ ਸਾਹਿਬ ਕਹਿੰਦੇ ਮੇਰੀ ਅੱਖਾਂ ਦੇ ਸਾਹਮਣੇ ਇਹ ਜ਼ੁਬਾਨੀ ਸੁੱਕੀ ਹੋਈ, ਕੋਈ ਨਸ਼ਿਆਂ ਚ ਸੁੱਕ ਗਈ, ਕੋਈ ਕਿਰਦਾਰ ਤੋਂ ਡਿੱਗੀ ਸੁੱਕੀ, ਕੋਈ ਵਿਕਾਰਾਂ ਦੇ ਵਿੱਚ ਸੁੱਕੀ, ਕੋਈ ਤ੍ਰਿਸ਼ਨਾਵਾਂ ਦੇ ਵਿੱਚ ਸੁੱਕੀ। ਇਸ ਕਰਕੇ ਰੱਬ ਜੀ ਮੇਰੀ ਇੱਕ ਤੇਰੇ ਦਰਬਾਰ ਦੇ ਵਿੱਚ ਬੇਨਤੀ ਹੈ ਕਿ ਮੈਨੂੰ ਜਵਾਨੀ ਜਾਣ ਦਾ ਕੋਈ ਡਰ ਨਹੀਂ, ਮੈਨੂੰ ਸਿਰਫ ਇੱਕੋ ਤੇ ਇੱਕੋ ਡਰ ਹੈ ਕਿਤੇ ਤੇਰੇ ਪ੍ਰੀਤ ਦੇ ਬਗੈਰ ਇਹ ਜਵਾਨੀ ਮੇਰੀ ਨਾ ਚਲੀ ਜਾਏ। ਇਸ ਕਰਕੇ ਸਤਸੰਗਤ ਗੁਰੂ ਕਿਰਪਾ ਕਰੇ। ਇਹ ਸਾਡੇ ਵੀ ਮਨ ਚ ਇੱਕ ਭੁਲੇਖਾ ਹੁੰਦਾ ਹੈ, ਸ਼ਾਇਦ ਰੱਬ ਜੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਲੈਣ ਵਾਸਤੇ ਬੁਢਾਪਾ ਹੁੰਦਾ, ਪਤਾ ਨਹੀਂ ਪਿਛਲੀ ਉਮਰ ਦੇ ਵਿੱਚ ਬੁਢਾਪੇ ਦੇ ਵਿੱਚ ਰੱਬ ਦਾ ਨਾਮ ਲਿਆ ਜਾਂਦਾ। ਜਵਾਨੀ ਤੇ ਖੇਲਣ ਕੁੱਦਣ ਵਾਸਤੇ ਹੁੰਦੀ ਹੈ, ਜਵਾਨੀ ਤੇ ਐਸ਼ੋ ਇਸ਼ਰਤ ਵਾਸਤੇ ਹੁੰਦੀ ਹੈ। ਪਰ ਸਤਸੰਗਤ ਮੈਂ ਐਗਜ਼ਾਮਪਲ ਦਿਆਂ, ਭਾਈ ਗੁਰਦਾਸ ਬੜੇ ਕਮਾਲ ਦੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਜਵਾਨੀ ਬੁਢਾਪੇ ਦੇ ਵਿੱਚ ਬੰਦੇ ਆ ਜਿਹੜਾ ਤੂੰ ਰੱਬ ਦੇ ਨਾਮ ਦੀ ਬਾਤ ਕਰਦਾ ਨਾ, ਕਹਿੰਦਾ ਆਹ ਤੈਨੂੰ ਮੈਂ ਜੀਵਨ ਦੀਆਂ ਤਿੰਨੇ ਸਟੇਜਾਂ ਦੇ ਬਾਰੇ ਦੱਸਦੀ ਆ ਕਿ ਬੁਢਾਪੇ ਚ ਕੀ ਹੋ ਜਾਂਦਾ। ਫਿਰ ਪਹਿਲੀ ਸਟੇਜ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ, ਕਹਿੰਦੇ ਸੁੱਧ ਨਾ ਹੋਵੇ ਬਾਲ ਬੁੱਧ, ਬਾਲਕ ਲੀਲਾ ਵਿੱਚ ਵਿਹਾਵੇ। ਕਹਿੰਦੇ ਜਦੋਂ ਬਚਪਨਾ ਹੁੰਦਾ ਨਾ ਕੋਈ ਸਮਝ ਨਹੀਂ ਹੁੰਦੀ, ਬਾਲ ਲੀਲਾ ਬੰਦਾ ਖੇਡਦਾ ਕੰਮ ਕਾਜ ਇੱਥੇ ਸਮਾਂ ਕੱਢ ਦਿੰਦਾ। ਪਰ ਨਾਲ ਕਹਿੰਦੇ ਨੇ ਭਰ ਜੋਬਨ ਭਰਮਾਈਏ, ਕਹਿੰਦੇ ਬਚਪਨ ਤੇ ਬਾਲ ਲੀਲਾ ਖੇਡਾਂ ਚ ਨਿਕਲ ਜਾਂਦਾ, ਪਰ ਜਦੋਂ ਜਵਾਨੀ ਆਉਂਦੀ ਹੈ ਨਾ ਉਦੋਂ ਜਵਾਨੀ ਚ ਬੰਦਾ ਭਟਕ ਜਾਂਦਾ। ਕਿੱਥੇ ਭਟਕਦਾ? ਪਰ ਤਨ, ਪਰ ਧਨ, ਪਰ ਨਿੰਦ ਲਵਾਦਾ। ਪਰਾਇਆ ਧਨ ਦੇਖਦਾ ਉਸ ਬੰਨੇ ਹੋ ਜਾਂਦਾ, ਪਰਾਇਆ ਤਨ ਵੇਖਦਾ ਉਸ ਬੰਦੇ ਹੋ ਜਾਂਦਾ, ਪਰਾਈ ਨਿੰਦਿਆ ਵੇਖਦਾ ਉਸ ਬੰਨਾ ਹੋ ਜਾਂਦਾ। ਫਿਰ ਜ਼ਿਆਦਾ ਸਮਾਂ ਬੰਦੇ ਦਾ ਇੱਥੇ ਨਿਕਲਦਾ, ਔਰ ਇਸੇ ਚੱਕਰ ਦੇ ਵਿੱਚ ਕੀ ਹੋ ਜਾਂਦਾ? ਭਾਈ ਗੁਰਦਾਸ ਕਹਿੰਦੇ ਨੇ ਬਿਰਧ ਹੋਆ ਜੰਜਾਲ ਵਿੱਚ ਮਹਾਂਜਾਲ ਪਰਿਵਾਰ ਵਹਾਇਆ, ਕਹਿੰਦੇ ਇਸੇ ਜੰਜਾਲ ਦੇ ਵਿੱਚ ਬੁੱਢਾ ਹੋ ਕੇ ਬੰਦਾ ਮਹਾਂਜਾਲ ਦੇ ਵਿੱਚ ਜਾ ਕੇ ਪੈ ਜਾਂਦਾ। ਇਸ ਕਰਕੇ ਗੁਰੂ ਕਿਰਪਾ ਕਰੇ ਸਤਸੰਗਤ, ਪ੍ਰਭੂ ਪਰਮਾਤਮਾ ਦਾ ਨਾਮ ਵੀ ਜਿਹੜਾ ਨਾ ਇਹਦਾ ਰੰਗ ਵੀ ਜਵਾਨੀ ਦੇ ਵਿੱਚ ਜ਼ਿਆਦਾ ਮਾਣਿਆ ਜਾ ਸਕਦਾ। ਗੁਰੂ ਕਿਰਪਾ ਕਰੇ ਅਸੀਂ ਇਸੇ ਜਵਾਨੀ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਰੰਗ ਮਾਣ ਕੇ ਜੀਵਨ ਦੀਆਂ ਬਾਜ਼ੀਆਂ ਇਹੋ ਜਿਹੀ ਜਿੱਤ ਲਈਏ ਕਿ ਸੰਸਾਰ ਦੇ ਵਿੱਚ ਵੀ ਕਦਰ ਤੇ ਸੰਸਾਰ ਤੋਂ ਜਾਣ ਤੋਂ ਬਾਅਦ ਨਿਰੰਕਾਰ ਦੇ ਦਰਬਾਰ ਦੇ ਵਿੱਚ ਵੀ ਸਾਡੀ ਕਦਰ ਪਵੇ। ਇਤਨੀਆਂ ਵਿਚਾਰਾਂ ਪ੍ਰਵਾਨ।